ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਚਮਿਆਰੀ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ। ਅੱਜ ਦੀ ਵੀਡੀਓ 'ਤੇ ਤੁਹਾਨੂੰ ਚਾਰ ਗਾਵਾਂ ਦਿਖਾਉਣੀਆਂ ਅਤੇ ਚਾਰੇ ਜਿਹੜੀਆਂ ਤੁਹਾਨੂੰ ਸੂਈਆਂ ਦਿਖਾਵਾਂਗੇ। ਹਾਂ, ਦੇਖ ਸਕਦੇ ਵਿੱਚੋਂ ਕੋਈ ਸਾਹੀਵਾਲ ਨਾ ਕਰੋਸ ਆ, ਕੋਈ ਜਰਸੀ ਨਾ ਕਰੋਸ ਆ, ਅਤੇ ਸਾਰੀਆਂ ਤੁਹਾਨੂੰ ਸੂਈਆਂ ਦਿਖਾਵਾਂਗੇ ਅਤੇ ਸਾਰੀਆਂ ਤੁਹਾਨੂੰ ਠੰਡੀਆਂ ਧੇਰੀਆਂ ਦਿਖਾਉਣੀਆਂ ਵਾ। ਅਤੇ ਇੱਕ ਤਾਂ ਨਵੈਂਡ 'ਤੇ ਆ, ਹੌਲੇ ਜਿਹੇ ਮੁੱਲ 'ਚ ਤੁਹਾਨੂੰ ਦਿਖਾਉਣੀ ਆ, ਜਿਹਦੇ ਮਗਰ ਵੱਛੀ ਕਾਫੀ ਪਿਆਰੀ ਆ। ਆਹ ਦੇਖ ਸਕਦੇ, ਐਰ ਸ਼ਹਿਰ ਦੀ ਵੱਛੀ ਆ ਅਤੇ ਮਗਰ ਕਾਫੀ ਖੂਬਸੂਰਤ। ਅਤੇ ਗੱਲਬਾਤ ਹੁਣ ਆਪਾਂ ਵੀਰ ਨਾਲ ਕਰਦੇ ਹਾਂ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ? ਠੀਕ ਠਾਕ ਜੀ, ਚਲੋ ਵਧੀਆ ਚਾਹੀਦਾ। ਨਾਮ ਦੱਸ ਦੇ ਕਰੀ ਆਪਣਾ। ਨਾਂ ਕਵਲਜੀਤ ਸਿੰਘ, ਹਾਂਜੀ, ਪਿੰਡ ਚਮਿਆਰੀ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਠੀਕ ਹੈ ਜੀ, ਅਤੇ ਫੋਨ ਨੰਬਰ ਬੋਲ ਦੇ ਕਰੀ। 552 ਹਾਂਜੀ 32 53। ਠੀਕ ਹੈ ਜੀ। ਹਾਂਜੀ, ਕਿੰਨੀਆਂ? ਚਾਰ ਆਪਣੇ ਕੋਲ ਫਿਰ। ਹਾਂਜੀ ਜੀ, ਚਾਰ। ਠੀਕ ਹੈ, ਸ਼ੁਰੂਆਤ ਜਰਸੀ ਤੋਂ ਕਰ ਲਈ ਹਰੇ? ਹਾਂਜੀ, ਜਰਸੀ ਤੋਂ ਕਰ ਲਓ। ਠੀਕ ਹੈ ਜੀ, ਹਾਂ ਦੇਖ ਸਕਦੇ ਜੀ। ਤੇ ਕਿੰਨਵਾਂ ਸੂਆ ਸੂਈ ਜੀ ਵਿੱਦੀ? ਦੂਸਰਾ ਸੂਆ ਆ। ਕਿੰਨਾ ਚਿਰ ਹੋਇਆ ਜੀ ਸੂਈ ਨੂੰ? ਇਹਨੂੰ ਸੂਈ ਨੂੰ 12-13 ਦਿਨ ਹੋ ਗਏ। 12-13 ਦਿਨ ਹੋ ਗਏ। ਹਾਂਜੀ, ਵੱਛੀ ਜੀ ਮਗਰ ਵੀ। ਅੱਛਾ, ਮਗਰ ਵੀ ਇਹਦੇ ਵੱਛੀ ਆ? ਹਾਂਜੀ। ਜਰਸੀ ਵੱਛੀ ਜੀ? ਹਾਂਜੀ, ਜਰਸੀ ਜੀ ਵੱਛੀ ਪਿਓ। ਦਿਖਾ ਦਈਏ ਇਹਦੀ ਵੱਛੀ ਇੱਕ। ਆਹ ਜਿਹੜੀ ਵੱਛੀ ਆ ਇਹਦੀ, ਵੱਛੀ ਦੀ ਵੀ ਹਾਈਟ ਜਿਹੜੀ ਚੰਗੀ ਆ, ਸੋਹਣੀ ਵੱਛੀ ਆ। ਵੱਛੀ ਦੇਖਣ 'ਚ ਵੀ ਜਿਹੜੀ ਚੰਗੇ ਟੀਕੇ ਵਾਲੀ ਜਾਪਦੀ ਆ। ਅਤੇ ਥਾਣੇ ਦੇ ਕਰੀ ਲਾਗੇ ਤਾਂ ਦੇ ਸਕਦੇ, ਕਾਫੀ ਪਿਆਰੇ ਆ। ਦੱਸੀਏ ਵੀਰ ਜੀ, ਫਿਰ ਦੁੱਧ ਕਿੰਨਾ ਜੇ ਮੁੱਕ ਦੇ ਕੋਲ? 14 ਲੀਟਰ ਦੁੱਧ ਤਿਆਰ ਜੀ। 14 ਲੀਟਰ ਦੁੱਧ ਤਿਆਰ ਆ? ਹਾਂਜੀ। ਠੀਕ ਹੈ, ਹੁਣ ਠੰਡੀ ਦੇ ਰਹੀ ਹੈ? ਹਾਂ ਹਾਂ, ਬਹੁਤ ਜ਼ਿਆਦਾ ਠੰਡੀ ਜੀ। ਠੀਕ ਹੈ ਜੀ, ਬਹੁਤ ਚੰਗਾ ਲੱਗਾ। ਚਲ ਦਿਖਾਈ ਦੇ ਫਿਰ ਇੱਕ ਵਾਰੀ। ਹਾਂ ਨਹੀਂ ਸੰਡੇ ਜੀ, ਕਾਫੀ ਪਿਆਰਾ ਜਵਾਬ ਆ ਜਿਹੜਾ ਇਹਦਾ। ਠੀਕ ਹੈ ਜੀ, ਲਿਆ ਖੋਲੋ ਵੀਰ ਜੀ, ਤੋਰੀ ਆ ਫਿਰ ਇੱਕ ਵਾਰੀ। ਅੱਛੀ ਵੱਲ ਨੂੰ ਥੋੜ੍ਹਾ ਜ਼ਿਆਦਾ ਜਾਂਦੀ ਹੈ। ਬਾਕੀ ਸੋਹਣੀ ਜਰਸੀ ਆ, ਸੋਹਣੇ ਕੱਦ ਕਰ ਵਾਲੀ ਆ। ਦੁੱਧ ਮੁੱਕੇ ਤੇ ਜਿਹੜਾ ਵਾ ਇਹਦੇ ਕੋਲ 14 ਲੀਟਰ ਤਿਆਰ ਦੱਸਦੇ ਆ, ਅਤੇ ਮਗਰ ਵੀ ਇਹਦੇ ਚੰਗੀ ਵੱਛੀ ਆ ਜਿਹੜੀ। ਠੀਕ ਹੈ ਵੀਰ ਜੀ, ਲੈ ਜਾਓ ਜੀ। ਵੱਛੀ ਵੱਲ ਨੂੰ ਜਿਹੜਾ ਕਾਫੀ ਤੇਜ਼ ਜਾਂਦੀ ਆ, ਇੱਧਰ ਨੂੰ ਥੋੜ੍ਹਾ ਹੌਲੀ ਤੁਰਦੀ ਆ, ਉੱਧਰ ਨੂੰ ਤੇਜ਼ ਤੁਰਦੀ ਆ। ਮੁੱਲ ਹੋਣੀ ਦਾ ਆਪਾਂ ਪੁੱਛ ਲੈਂਦੇ ਹਾਂ ਹੁਣ, ਜਿਹੜਾ ਪੂਰੀ ਭਸਮ ਗਈ ਹੈ ਇੱਕ ਵਾਰੀ। ਹੁਣ ਵੀਰ ਜੀ ਹੋਣੀ ਥੱਲੇ ਬੈਠੇ ਸੀ ਅਤੇ ਆਹ ਦੇਖ ਸਕਦੇ, ਥਣ ਕਾਫੀ ਪਿਆਰਾ ਜਿਹੜਾ ਇਹਨੇ ਤਿਆਰ ਕੀਤਾ ਵਾ। ਅਤੇ ਦੁੱਧ ਵੀਰ ਜੀ ਮੌਕੇ 'ਤੇ ਪੱਕਾ 14 ਲੀਟਰ ਹੈਗਾ ਵਾ? ਜੀ ਪੱਕਾ, 2-14 ਲੀਟਰ ਦੇ ਦੁੱਧ ਚੰਗਾ ਕਰੂਗੀ ਥੋੜ੍ਹੀ ਨਾ, ਸ਼ਾਮ ਸ਼ੂਮ ਘੱਟ ਵਾਲੇ ਥਾਂ ਆਈ ਆ। ਠੀਕ ਹੈ, ਸ਼ਾਮ ਨੂੰ ਉਹਨਾਂ ਦੀ ਵੱਛੀ ਬਹੁਤ ਜ਼ਿਆਦਾ ਪੰਜਾਬ ਵਾਲੀ ਜਰਸੀ ਆ। ਹਾਂਜੀ ਹਾਂਜੀ, ਉੱਥੇ 20 ਲੀਟਰ ਦੇ ਲਾਗੇ ਕਰ ਦੂਗੀ। ਅੱਛਾ, ਚੰਗੀ ਕੀਤੀ ਤੇ। ਠੀਕ ਹੈ ਹਾਂਜੀ, ਅਤੇ ਇਹਦਾ ਕੀ ਮੁੱਲ ਜੀ? ਮੁੱਲ ਵੀ ਜੀ 40,000 ਰੁਪਇਆ ਜੀ। 40,000? ਹਾਂਜੀ, ਹੋ ਜੂ ਮਾਨਤਨ ਵਿੱਚ? ਹੋ ਜੂ, ਹੋ ਜੂ। ਠੀਕ ਹੈ ਜੀ, ਅਤੇ ਹੁਣ ਜਿਹੜੀ ਆ ਦੂਸਰੇ ਨੰਬਰ 'ਤੇ ਇੱਕ ਹੋਰ, ਇਹਦੇ ਬਾਰੇ ਵੀ ਹੁਣ ਆਪਾਂ ਮੇਰੇ ਤੋਂ ਪੁੱਛਦੇ ਹਾਂ। ਤਾਂ ਜੀ ਸੂਈ ਜਾਪਦੀ ਆ। ਆ ਬੱਚਾ ਵੀਰ ਜੀ ਇਹਦਾ ਕੀ ਜੇ ਬੱਚਾ? ਮਗਰ ਇਹਦੇ ਬੱਚਾ ਸਾਹੀਵਾਲ 'ਚ ਕਰੋਸ ਆ ਜਿਹੜੀ ਇਹ। ਤੇ ਕਿੰਨਵਾਂ ਸੂਆ ਸੂਈ ਜੇ ਵੀਰ ਜੀ? ਦੂਸਰਾ ਸੂਆ ਸੂਈ ਆ। ਕਿੰਨਾ ਚਿਰ ਹੋਇਆ ਜੀ ਸੂਈ ਨੂੰ? ਅੱਛਾ, ਸਵੇਰੇ ਸੂਈ ਆ, ਜੇਰ ਜੁਰ ਪ੍ਰੋਪਰ ਪਾਤੀ? ਬਿਲਕੁਲ ਪਾਤੀ। ਠੀਕ ਹੈ, ਰੱਖੀ ਜੇ ਕਿ ਸੁੱਟਤੀ? ਦਿਖਾਈ ਦਿਓ ਇੱਕ ਵਾਰੀ ਫਿਰ। ਹਾਂ ਦੇਖ ਸਕਦੇ, ਆਹ ਜਿਹੜੀ ਜੇਰ ਪਾਤੀ ਨੇ ਪ੍ਰੋਪਰ। ਠੀਕ ਹੈ ਫਿਰ ਜੀ, ਤੇ ਚਵਾ ਚੁੱਕ ਇਹੋ ਜਿਹਾ ਨਿਕਲਿਆ ਜੇ? ਬਹੁਤ ਚੰਗਾ ਵੀਰ ਜੀ, ਚਵਾ ਦੇ ਰਿਹਾ ਜੀ 3-4 ਕਿਲੋ। ਅੱਛਾ ਜੀ, ਸੀਲ ਹੈ ਵੀ? ਹਾਂ ਹਾਂ, ਬਹੁਤ ਜ਼ਿਆਦਾ ਵਧੀਆ, ਧਾਰ ਧੂਰ ਮਾਰ ਕੇ ਖਾ ਲੈਂਦੇ ਹਾਂ। ਚਲੋ ਦਿਖਾਈ ਦਿਓ ਇਹਦਾ ਵੀ, ਹੈ ਨਾ, ਕਈ ਵੀਰਾਂ ਨੂੰ ਹੁੰਦਾ ਵਾ। ਨਹੀਂ ਨਹੀਂ ਠੰਡੀ। ਹਾਂ ਦੇਖ ਸਕਦੇ, ਬੱਚਾ ਜਿਹੜਾ ਵੀਰ ਜੀ ਇਹਨਾਂ ਨੇ ਥੱਲੇ ਲਾ ਤਾ ਇੱਕ ਵਾਰੀ। ਇਤਰੇ ਦਿਖਾ ਦੇ ਵੀਰ ਜੀ ਚਵਾ ਇਹਦਾ ਇੱਕ ਵਾਰੀ ਆਪਾਂ। ਹਾਂ ਦੇਖ ਸਕਦੇ ਜੀ, ਉਂਝ ਵੀਰ ਜੀ ਰੱਸੀ ਪਾ ਕੇ ਚਵਾਈ ਕਰਨੀ ਜੀ ਕਿ ਉਤਰੇ? ਬਿਲਕੁਲ ਕੋਈ ਗੱਲ ਨਹੀਂ, ਲੋੜ ਹੀ ਰੱਸੀ ਦੀ। ਅੱਛਾ ਜੀ, ਹਾਂ ਬਹੁਤ ਠੰਡੀ ਹੈ, ਰੱਸੀ ਦੀ ਲੋੜ ਹੀ ਕੋਈ ਨਹੀਂ। ਹਾਂ ਦੇਖ ਸਕਦੇ ਜੀ, ਚਵਾ ਬਹੁਤ ਚੰਗਾ। ਠੀਕ ਹੈ, ਉਂਝ ਹਵਾਨੇ ਦੇ ਜਿਹੜੀਆਂ ਨਾੜਾਂ ਬਰੀਕ ਬਰੀਕ ਸੋਹਣੀਆਂ, ਲੈ ਜਾਵੇ।
उत्तराखंड थान जिहड़े इहदे देख सकदे जी काफी सोहणे आ। ਤੇ ਇਹ ਵੀ ਜੀ ਕਿੰਨਾ ਕੁ ਦੁੱਧ ਚਵਾ ਸਕਦੀ ਜੀ? ਇਹ ਵੀ ਜੀ ਦੂਜੇ ਸੂਏ ਜੇ ਪਹਿਲੇ ਸੂਏ ਦੁੱਧ ਸਾਂਝ ਵਾਲੇ ਬੰਦੇ ਜਿਹਨਾਂ ਕੋਲ ਲਈ ਆ। ਹਾਂਜੀ ਤੇ 16 ਕਿਲੋ ਨੇ ਚਵਾਇਆ ਜੀ। ਅੱਛਾ ਪਹਿਲੇ ਸੂਏ ਹੀ? ਹਾਂਜੀ। ਤੇ ਐਰਕੀ ਕਿੰਨਾ ਚਵਾ ਜੂਗੀ? ਐਰਕੀ ਦੁੱਧ ਵੀ ਜੀ ਇਹਨੂੰ 20 ਕਿਲੋ ਕਰਨਾ ਚਾਹੀਦਾ। ਅੱਛਾ ਕਰ ਜੋ 20 ਲੀਟਰ। 20 ਕਿਲੋ ਕਰੂਗੀ ਦੁੱਧ। ਠੀਕ ਹੈ। ਹਾਂਜੀ। ਤੇ ਇਹਦਾ ਕੀ ਮੁੱਲ ਰੱਖਣਾ ਜੀ? ਇਹਦਾ ਮੁੱਲ ਜੀ 40000 ਰੁਪਏ। ਅੱਛਾ ਇਹਦਾ ਵੀ 40000 ਹੀ? ਹਾਂਜੀ। ਮਾਨਤਾ ਨੂੰ ਜੁਮੋ ਕੇ ਹੋ ਜੂਗਾ ਜੀ। ਖੋਲੋ ਹਾਂ। ਜੋੜਾ ਲਊਗਾ। ਅੱਛਾ ਜੀ। ਤੇ ਕਿਰਾਇਆ ਵੀ ਕਰਨਾਗੇ ਤਾਂ ਬਿਲਕੁਲ। ਅੱਛਾ ਫਿਰ ਵਿੱਚ ਪਹੁੰਚ ਕਰ ਦਿਓ। ਪਹੁੰਚ ਕਰ ਦਾਂਗੇ ਜੀ। ਠੀਕ ਹੈ ਜੀ। ਹਾਂਜੀ। ਲਿਆ ਫਿਰ ਤੋਰੋ ਹਾਂ ਕਰੀ ਨਾ। ਚਾਲੀ ਹਜ਼ਾਰ 'ਚ ਮਾਨ ਜਿਹੜਾ ਕਹਿੰਦੇ ਕੀਤਾ ਵੀ ਆਪਾਂ ਕਰ ਦਿਆਂਗੇ। ਬਾਕੀ ਤਾਜ਼ੀ ਸੂਈ ਆ, ਅੱਜ ਹੀ ਸੂਈ ਆ ਅਤੇ ਬੱਚਾ ਜਿਹੜਾ ਉਹ ਤੁਸੀਂ ਦੇਖ ਸਕਦੇ ਜੇ। ਅਤੇ ਹੁਣ ਇੱਕ ਜਿਹੜੀ ਤੁਹਾਨੂੰ ਆਹ ਦਿਖਾਉਣੀ ਆ, ਇਹ ਵੀ ਕਾਫੀ ਖੂਬਸੂਰਤ ਆ। ਇਹ ਵੀ ਬਿਲਕੁਲ ਤਾਜ਼ੀ ਸੂਈ ਆ, ਇਹਦੇ ਬਾਰੇ ਵੀ ਆਪਾਂ ਵੀਰ ਤੋਂ ਪੁੱਛ ਲੈਂਦੇ। ਇਹ ਵੀ ਜਿਹੜੀ ਸਾਹੀਵਾਲ ਜਰਸੀ ਕਰੋਸੀ ਆ, ਅਤੇ ਥਣ ਜਿਹੜਾ ਇਹਦੇ ਕੋਲ ਵੀ ਕਾਫੀ ਸੋਹਣਾ, ਥੋੜ੍ਹਾ ਕੁ ਡਰਦੀ ਆ ਸਾਡੇ ਕੋਲ। ਆਹ ਵੀਰ ਜੀ ਕਿੰਨਵਾਂ ਸੂਆ ਸੂਈ ਜੇ? थले बह जो कोई गल ही नहीं है। ਬਸ ਥੋੜ੍ਹਾ ਡਰਦੀ ਵੀ ਆ ਸਾਡੇ ਕੋਲ। ਇਹਦਾ ਵੀ ਚਵਾ ਇੱਕ ਵਾਰੀ ਤੁਸੀਂ ਦੇਖ ਸਕਦੇ ਜੇ, ਕਾਫੀ ਸਾਫ਼ ਧਾਰ ਹੈ ਇਹਦੀ, ਹੈਗੀ ਜਿਹੜੀ ਠੰਡੀ ਧੀਰੀ ਆ। ਅੱਜ ਸਾਰੀਆਂ ਜਿਹੜੀਆਂ ਠੰਡੀਆਂ ਧੀਰੀਆਂ ਆਈਆਂ ਵੀਰ ਦੇ ਕੋਲ। ਠੀਕ ਆ ਜੀ, ਇੱਕ ਵਾਰੀ ਥਾਣੇ ਦੇ ਵਧੀਆ ਇੱਕ ਵਾਰੀ ਦਿਖਾ ਦਈਏ ਇਸ ਤਰ੍ਹਾਂ ਹੀ। ਹਾਂ ਦੇ ਸਾਡੇ ਬਿਲਕੁਲ ਮੋਟੀ ਧਾਰ ਆ। ਅਤੇ ਇਹਦਾ ਕੀ ਮੁੱਲ ਜੇ ਵੀਰ ਜੀ? ਮੁੱਲ ਇਹਦਾ ਵੀਰ ਜੀ ਇਹਦਾ ਨਾ ਬਹਿਣੀ ਦਾ ਪਰਲਾ ਥਾਣੇ ਲਿਆ ਫਿਰ ਖੋਲੋ ਹਾਂ ਤੋਰੀਏ। 27000 ਦੀ ਕਹਿੰਦੇ ਕਿ ਦੇ ਦਾਂਗੇ ਉਂਝ ਜਿਹੜੀ ਪੂਰੀ ਸਾਫ਼ ਸੁਥਰੀ ਵੈੜ ਆ। ਅਤੇ ਆਹ ਬੱਚਾ ਜਿਹੜਾ ਇਹਦਾ ਬਿਲਕੁਲ ਨਾੜੂ 'ਤੇ ਹੀ ਹੈ, ਬੱਚਾ ਤੁਹਾਨੂੰ ਦਿਖਾ ਦਿੰਦੇ ਹਾਂ। ਉਂਝ ਜਿਹੜੀ ਚੰਗੀ ਸਾਂਭੀ ਆ, ਹਾਂ ਦੇ ਸਕਦੇ ਜੀ ਉਂਝ ਸਾਂਭੀ ਸੁੰਭੀ ਚੰਗੀ ਆ। ਹਾਂ ਦੇ ਸਕਦੇ ਬੱਚਾ ਜਿਹੜਾ ਬਿਲਕੁਲ ਨਾੜੂ 'ਤੇ ਹੀ ਆ ਨਾਲ ਹਲੇ। ਅਤੇ ਹੁਣ ਜਿਹੜੀ ਇੱਕ ਹੋਰ ਤੁਹਾਨੂੰ ਆਹ ਦਿਖਾਉਣੀ ਐਂਡ 'ਤੇ ਨੋਰਮਲ ਜਿਹੇ ਰੇਟ 'ਚ ਵੀ ਸਿੰਗ ਜਿਹੜੇ ਇਹਦੇ ਨਿੱਕੇ ਨਿੱਕੇ ਹੈਗੇ ਆ। ਅਤੇ ਬਾਕੀ ਆਹ ਦੇ ਸਕਦੇ ਥਣ ਜਿਹੜਾ ਇਹਦੇ ਕੋਲ ਵੀ ਕਾਫੀ ਪਿਆਰਾ ਹੈ, ਅਤੇ ਮਗਰ ਵੱਛੀ ਜਿਹੜੀ ਬੜੀ ਸੋਹਣੀ ਆ, ਇੱਕ ਵਾਰੀ ਤੁਹਾਨੂੰ ਦਿਖਾ ਦਈਏ। ਹਾਂ ਦੇ ਸਕਦੇ ਇਹ ਫਿਰ ਜੀ ਕਿੰਨਵਾਂ ਸੂਆ ਸੂਈ ਜੇ? ਦੂਸਰਾ ਸੂਆ ਸੂਈ, ਅੱਜ ਲਗਭਗ ਸਾਰੀਆਂ ਦੂਸਰੇ ਸੂਏ ਹੀ ਆ, ਹਨਾ ਚਾਰੇ ਦੂਜੇ ਆ। ਤੇ ਇਹਨੂੰ ਕਿੰਨਾ ਚਿਰ ਹੋਇਆ ਜੀ ਸੂਈ ਨੂੰ? ਇਹਨੂੰ ਸੂਈ ਨੂੰ ਜੀ 6-7 ਦਿਨ ਹੋ ਗਏ ਜੀ। 6-7 ਦਿਨ ਹੋ ਗਏ ਆ? ਹਾਂਜੀ। ਠੀਕ ਆ। ਤੇ ਇਹਦੇ ਕੋਲ ਦੁੱਧ ਕਿੰਨਾ ਜੀ? ਇੱਥੇ ਦੁੱਧ ਹਲੇ 12 ਕਿਲੋ ਤਿਆਰ ਜੀ ਪੂਰਾ। ਤਿਆਰ 12 ਲੀਟਰ ਪੂਰਾ? ਹਾਂਜੀ ਜੀ ਤਿਆਰ ਹੋ ਗਿਆ। ਇਹ ਕਿੰਨਾ ਚਵਾ ਸਕਦੀ ਜੀ ਦੁੱਧ? ਇਹ ਵੀ ਜੀ ਦੁੱਧ 14 ਕਿਲੋ ਕਰੀ ਜਾਊਗੀ। ਅੱਛਾ। ਹਾਂਜੀ 14 ਲੀਟਰ ਜਿਹੜਾ ਇਹ ਵੀ ਕਰੀ ਜਾਊਗੀ। ਕਰੀ ਜੂ। ਹਾਂਜੀ ਠੀਕ ਆ। ਇਹ ਵੀ ਠੰਡੀ ਧੀਰੀ ਜੀ? ਬਿਲਕੁਲ ਜੀ ਇਦਾਂ ਹੀ ਭਾਵੇਂ ਥੱਲੇ ਬੈਜੋ ਰੇਬ ਕਰਦੀ ਨਹੀਂ। ਅੱਛਾ ਜੀ। ਇਹਦੇ ਥੱਲੇ ਭਾਵੇਂ ਇਦਾਂ ਹੀ ਬੈਜੋ। ਹਾਂ ਦੇ ਸਕਦੇ ਜੀ ਬਾਕੀ ਠੰਡੇ ਧੀਰੇ ਪੁੱਛਦਾ ਜਿਹੜਾ ਵੱਧ ਆਉਂਦਾ ਵਾ। ਅਤੇ ਥਣ ਵੀ ਜਿਹੜਾ ਬੜਾ ਪਿਆਰੇ ਆ ਸਾਰੀਆਂ ਦੇ ਕੋਲ ਹੀ, ਅਤੇ ਸਾਰੀਆਂ ਦੇ ਚਵਾ ਵੀ ਆਪਾਂ ਦੇ ਸਕਦੇ ਬੜੇ ਸਾਫ਼। ਇੱਧਰੋਂ ਬੱਚਾ ਜਿਹੜਾ ਥੱਲੇ, ਕੋਈ ਗੱਲ ਨਹੀਂ, ਥੋੜ੍ਹੀ ਮੱਖੀ ਮੁੱਖੀ ਵੀ ਆ ਜਿਹੜੀ। ਹਾਂ ਦੇ ਸਕਦੇ ਬੱਚਾ ਜਿਹੜਾ ਹਿਲਦਾ ਵਾ। ਹਾਂ ਦੇ ਸਕਦੇ
ठीक है जी, खोलो हम इतनी तोड़ी है करीन। बाकी कद जरा ये नॉर्मल है, जड़ी पूरी साफ सुथरी है। हाँ देख सकते हम जी ठंडी धेरी है। ठीक है ले आ जाओ जी। ਇਹਦਾ ਵੀ ਵੀਰ ਜੀ ਫਿਰ ਮੁੱਲ ਆਪਾਂ ਦੱਸੀਏ। ਇਹਦਾ ਮੁੱਲ ਵੀ 28000 ਰੁਪਇਆ ਜੀ। ਅੱਛਾ ਇਹਦਾ ਮੁੱਲ 28000 ਆ। ਹਾਂਜੀ ਕਰ ਦੋਗੇ ਮਨ ਤਨ ਵਿੱਚ ਹੋ ਜੂਗਾ ਵੀਰ ਜੀ ਜੇ ਕੋਈ ਆ ਜੋੜਾ ਲੈ ਲੂਗਾ। ਹਾਂਜੀ ਤੇ ਜਾਂ ਮੁੱਲ ਕਿਰਾਇਆ ਕਰ ਦਾਂਗੇ ਦੇ ਦਾਂਗੇ। ਅੱਛਾ ਜੀ ਤੇ ਜਾਂ 50000 ਦਾ ਜੋੜਾ ਦੇ ਦਾਂਗੇ। ਅੱਛਾ 50000 ਦਾ ਜੋੜਾ ਦੇ ਦੋਗੇ। ਠੀਕ ਹੈ ਜੀ। ਹਾਂਜੀ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਜੀ ਫਿਰ? ਬਸ ਮਿਹਰਬਾਨੀ ਵੀਰ ਜੀ। ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ। ਪਸ਼ੂ ਜਿਹੜੇ ਟੋਟਲ ਵੀਰ ਜੀ ਉਹਨਾਂ ਨੇ 4 ਵਕਾਓ ਕੀਤੇ ਆ ਤੇ ਬਾਕੀ ਆ ਜੋੜਾ ਤੇ ਇੱਕ ਉਹ ਵਾਲੀ ਵੈਡ ਤੇ ਇੱਕ ਆ ਵਾਲੀ ਵੈਡ ਜੋੜਾ ਜਿਹੜਾ ਵੀਰ ਜੀ ਉਹਨਾਂ ਨੇ ਦੱਸੇ ਆ ਜੋੜਾ ਵੱਖਰਾ ਹੈ ਤੇ ਆ ਜਿਹੜਾ ਜੋੜਾ ਇਹ ਵੱਖਰਾ ਹੈ। ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਖੜੇ ਜੀ। ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।